ਪਿੰਡ ਮੂਨਕਾ ਨੇੜੇ ਜੀਜੀ ਰੋਡ ਤੇ ਏਐਸਆਈ ਅਮਰਜੀਤ ਸਿੰਘ ਨੇ ਨਾਕਾ ਲਾਇਆ ਹੋਇਆ ਸੀ ਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ। ਜਿਹੜਾ ਇੱਕ ਅਗਜੈਲੋ ਗੱਡੀ ਆਈ ਤੇ ਜਿਹਨੂੰ ਰੋਕਿਆ ਤੇ ਉਹਨੇ ਗੱਡੀ ਪਿੱਛੇ ਰੋਕ ਕੇ ਤੇ ਜਿਹੜਾ ਡਰਾਈਵਰ ਸੀ ਗੱਡੀ ਵਿੱਚ ਉਹ ਉਤਰ ਕੇ ਭੱਜ ਗਿਆ ਤੇ ਜਿਹੜਾ ਦੂਸਰਾ ਕਨੈਕਟਰ ਸਾਈਡ ਤੇ ਵਿਅਕਤੀ ਬੈਠਾ ਹੋਇਆ ਸੀ ਉਹ ਕੇਸ਼ ਕੁਮਾਰ ਸਾਨੂੰ ਕੁਲਦੇਵ ਰਾਜ ਆਰ ਓ ਗੰਨਾ ਪਿੰਡ ਜਿਹਨੂੰ ਚੈੱਕ ਕੀਤਾ ਤੇ ਗੱਡੀ ਦੀ ਤਲਾਸ਼ੀ ਕੀਤੀ ਤੇ ਗੱਡੀ ਵਿੱਚੋਂ 50 ਕਿਲੋ ਡੋਡਾ ਚੂਰੇ ਪੁਲਿਸ ਬਰਾਮਦ ਹੋਏ ਤੇ ਜਿਹੜਾ ਰਕੇਸ਼ ਕੁਮਾਰ ਸੀ ਉਹਦੀ ਤਲਾਸ਼ੀ ਕੀਤੀ ਗਈ ਤੇ ਜਿਹੜੀ ਉਹਦੀ ਜੇਬ ਦੇ ਵਿੱਚੋਂ 50,000 ਰੁਪਇਆ ਡਰੱਗ ਮਨੀ ਜਿਹੜਾ ਉਹ ਰਿਕਵਰ ਹੋਇਆ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 37 ਅੰਡਰ ਸੈਕਸ਼ਨ 15-65 NDPS PS Act ਦੇ ਤਹਿਤ ਮੁਕੱਦਮਾ ਦਰਜ ਕੀਤਾ ਤੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।